ਹੁਣੇ ਹੁਣੇ ਕਿਸੇ ਨੇ ਫੋਟੋ ਵਾਇਰਲ ਕੀਤੀ ਈਸਾਈ ਭਾਈਚਾਰੇ ਵਾਸਤੇ, ਜਿਹਦੇ ਨਾਲ ਕਿ ਸਾਡਾ ਕੋਈ ਸੰਬੰਧ ਨਹੀਂ ਇਸ ਫੋਟੋ ਦੇ ਨਾਲ, ਇੱਕ ਸ਼ਰਾਰਤੀ ਅਨਸਰ ਨੇ ਕੀਤੀ ਆ, ਜਿਹਦੇ 'ਚ ਚਾਰ ਬੰਦਿਆਂ ਦੇ ਨਾਂ ਵੀ ਲਿਖੇ, ਉਹਨਾਂ ਬੰਦਿਆਂ ਦਾ ਵੀ ਇਸ ਨਾਲ ਕੋਈ ਸੰਬੰਧ ਨਹੀਂ ਗਾ, ਅਤੇ ਇਹ ਸਰਕਾਰ ਨੂੰ ਸਾਡੀ ਅਪੀਲ ਆ ਕਿ ਇਹ ਜਿਹੜੇ ਸ਼ਰਾਰਤੀ ਅਨਸਰ ਆ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ। ਬਾਕੀ ਅਸੀਂ 4 ਵਜੇ ਕਾਨਫਰੰਸ ਸਾਰਾ ਕਲੀਅਰ ਕਰਾਂਗੇ ਵੀ ਸਾਡਾ ਇਸ ਸੰਬੰਧ ਵਿੱਚ ਕੋਈ ਵੀ ਸਾਡਾ ਲੈਣਾ ਦੇਣਾ ਨਹੀਂ ਹੈਗਾ, ਕੋਈ ਸ਼ਰਾਰਤੀ ਅਨਸਰ ਕਰ ਰਹੇ ਆ। ਹੁਣੇ ਹੁਣੇ ਕਿਸੇ ਨੇ ਫੋਟੋ ਵਾਇਰਲ ਕੀਤੀ ਈਸਾਈ ਭਾਈਚਾਰੇ ਵਾਸਤੇ, ਜਿਹਦੇ ਨਾਲ ਕਿ ਸਾਡਾ ਕੋਈ ਸੰਬੰਧ ਨਹੀਂ ਇਸ ਫੋਟੋ ਦੇ ਨਾਲ, ਇੱਕ ਸ਼ਰਾਰਤੀ ਅਨਸਰ ਨੇ ਕੀਤੀ ਆ, ਜਿਹਦੇ 'ਚ ਚਾਰ ਬੰਦਿਆਂ ਦੇ ਨਾਂ ਵੀ ਲਿਖੇ, ਉਹਨਾਂ ਬੰਦਿਆਂ ਦਾ ਵੀ ਇਸ ਨਾਲ ਕੋਈ ਸੰਬੰਧ ਨਹੀਂ ਗਾ, ਅਤੇ ਇਹ ਸਰਕਾਰ ਨੂੰ ਸਾਡੀ ਅਪੀਲ ਆ ਕਿ ਇਹ ਜਿਹੜੇ ਸ਼ਰਾਰਤੀ ਅਨਸਰ ਆ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ। ਬਾਕੀ ਅਸੀਂ 4 ਵਜੇ ਕਾਨਫਰੰਸ ਸਾਰਾ ਕਲੀਅਰ ਕਰਾਂਗੇ ਵੀ ਸਾਡਾ ਇਸ ਸੰਬੰਧ ਵਿੱਚ ਕੋਈ ਵੀ ਸਾਡਾ ਲੈਣਾ ਦੇਣਾ ਨਹੀਂ ਹੈਗਾ, ਕੋਈ ਸ਼ਰਾਰਤੀ ਅਨਸਰ ਕਰ ਰਹੇ ਆ। ਹੁਣੇ ਹੁਣੇ ਕਿਸੇ ਨੇ ਫੋਟੋ ਵਾਇਰਲ ਕੀਤੀ ਈਸਾਈ ਭਾਈਚਾਰੇ ਵਾਸਤੇ, ਜਿਹਦੇ ਨਾਲ ਕਿ ਸਾਡਾ ਕੋਈ ਸੰਬੰਧ ਨਹੀਂ ਇਸ ਫੋਟੋ ਦੇ ਨਾਲ, ਇੱਕ ਸ਼ਰਾਰਤੀ ਅਨਸਰ ਨੇ ਕੀਤੀ ਆ, ਜਿਹਦੇ 'ਚ ਚਾਰ ਬੰਦਿਆਂ ਦੇ ਨਾਂ ਵੀ ਲਿਖੇ, ਉਹਨਾਂ ਬੰਦਿਆਂ ਦਾ ਵੀ ਇਸ ਨਾਲ ਕੋਈ ਸੰਬੰਧ ਨਹੀਂ ਗਾ, ਅਤੇ ਇਹ ਸਰਕਾਰ ਨੂੰ ਸਾਡੀ ਅਪੀਲ ਆ ਕਿ ਇਹ ਜਿਹੜੇ ਸ਼ਰਾਰਤੀ ਅਨਸਰ ਆ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ। ਬਾਕੀ ਅਸੀਂ 4 ਵਜੇ ਕਾਨਫਰੰਸ ਸਾਰਾ ਕਲੀਅਰ ਕਰਾਂਗੇ ਵੀ ਸਾਡਾ ਇਸ ਸੰਬੰਧ ਵਿੱਚ ਕੋਈ ਵੀ ਸਾਡਾ ਲੈਣਾ ਦੇਣਾ ਨਹੀਂ ਹੈਗਾ, ਕੋਈ ਸ਼ਰਾਰਤੀ ਅਨਸਰ ਕਰ ਰਹੇ ਆ।